ਭਾਈ ਵਧੀਆ ਚਾਹੀਦਾ। ਭਾਜੀ ਮੈਂ ਐਕਚੁਅਲੀ ਕਾਲ ਕਰਨ ਦਾ ਰੀਜ਼ਨ ਸੀਗਾ ਕਿ ਮੈਂ ਨਾ ਦੋ ਜਿੱਦਾਂ ਮੇਰੇ ਲੋਡ ਥੋੜੇ ਪ੍ਰੋਬਲਮ ਆਈ ਸੀਗੀ। ਇੱਕ ਮੇਰਾ ਲੋਡ ਸੀਗਾ, ਮੈਂ ਸਨਟੈਕ ਦੇ ਨਾਲ ਚੱਕਿਆ ਸੀ, ਉਹਨਾਂ ਨੇ ਮੈਨੂੰ ਆਪਣੇ ਇੱਥੋਂ ਲੋਕਲ ਦਾ ਲੋਡ ਸੀਗਾ, ਉਹਨਾਂ ਨੇ ਮੈਨੂੰ ਇੱਥੋਂ ਜਿੱਦਾਂ ਵੀਰਵਾਰ ਚੁਕਾ ਕੇ ਕਹਿੰਦੇ ਫਰਾਈਡੇ ਤੇਰੀ ਡਿਲੀਵਰੀ ਹੋ ਜਾਊਗੀ। ਤਾਂ ਉਹਨਾਂ ਨੇ ਕੀ ਕੀਤਾ, ਮੇਰਾ ਲੋਡ ਚੁਕਾ ਕੇ ਤਾਂ ਮੈਨੂੰ ਉਹ ਲੋਡ ਇੱਕ ਹਫ਼ਤਾ ਮੇਰੇ ਟਰੱਕ ਵਿੱਚ ਟਰਾਲੇ ਵਿੱਚ ਹੋਲਡ ਰੱਖਿਆ, ਕਿਉਂਕਿ ਉਹ ਝੂਠ ਬੋਲ ਕੇ ਮੈਨੂੰ ਉਹਨਾਂ ਨੇ ਲੋਡ ਚੁਕਾ ਤਾ ਕਿ ਫਰਾਈਡੇ ਡਿਲੀਵਰੀ ਆ ਨੈਕਸਟ ਡੇ ਲਾਈਕ 9 AM। ਪਰ ਉਹਨਾਂ ਨੇ ਫਿਰ ਮੇਰਾ ਲੋਡ ਲਾਈਕ ਅਗਲੇ ਵੀਰਵਾਰ ਲਹਾਇਆ, ਔਰ ਮੇਰਾ ਜਿੱਦਾਂ ਈਮੇਲ ਤੇ ਜਾਂ ਫਿਰ ਕਾਲ ਤੇ ਰਿਸਪੋਂਸ ਨਹੀਂ ਕਰਦੇ ਸੀਗੇ। ਜਿਸ ਵੇਲੇ ਮੈਂ ਲੋਡ ਲੈਣ ਗਿਆ ਤਾਂ ਪਤਾ ਲੱਗਾ ਕਿ ਮੇਰੀ ਡਿਲੀਵਰੀ ਡੇਟ ਅਗਲੇ ਵੀਕ ਦੀ ਆ। ਕਾਇੰਡ ਆਫ ਜਿੱਦਾਂ ਉਹਨਾਂ ਨੇ ਮੇਰਾ ਟਰਾਲਾ ਹੋਲਡ ਕੀਤਾ ਪੂਰਾ ਵੀਕ, ਤਾਂ ਮੇਰਾ ਜਿੱਦਾਂ ਪੂਰਾ ਨੁਕਸਾਨ ਹੋਇਆ। ਤਾਂ ਲੋਡ ਜਿਹੜਾ ਸੀ ਸਿਰਫ $700 ਦਾ ਸੀਗਾ। ਤੇ ਦੂਜਾ ਇੱਕ ਮੈਂ ਨਵਾਹੋ ਵਾਲਿਆਂ ਦਾ ਲੋਡ ਚੱਕਿਆ ਸੀਗਾ, ਤੇ ਉਹ ਆਪਣਾ ਇੱਥੋਂ ਮੈਂ ਚੱਕਿਆ ਸੀ ਲੁਡਾਈ ਤੋਂ ਚੱਕ ਕੇ ਆਪਣਾ ਪੋਰਟ ਲੈਂਡ ਡਿਲੀਵਰ ਕਰਨਾ ਸੀਗਾ। ਉਹਨਾਂ ਨੇ ਕੀ ਕੀਤਾ ਕਿ ਮੈਂ ਆਪਣਾ ਟਰੈਕਰ ਮੇਰਾ ਔਨ ਸੀਗਾ, ਉਹਨਾਂ ਨੇ ਮੈਨੂੰ ਟਰੈਕ ਕੀਤਾ, ਮੈਂ ਲੋਡ ਪਿਕ ਕਰ ਰਿਹਾ। ਮੈਂ ਉੱਥੋਂ ਸੇਮ ਮੇਰੀ ਐਪ ਇੱਦਾਂ ਹੀ ਓਪਨ ਸੀਗੀ, ਉੱਥੋਂ ਮੈਂ ਡਰਾਈਵ ਕਰਨਾ ਸ਼ੁਰੂ ਕੀਤਾ। ਮੈਂ ਆ ਕੇ ਪੋਲੈਂਡ ਨੈਕਸਟ ਡੇ ਲੋਡ ਲਾਇਆ, ਬਿਫੋਰ ਦੀ ਟਾਈਮ ਮੈਂ ਪਿਕ ਕੀਤਾ, ਬਿਫੋਰ ਦੀ ਟਾਈਮ ਮੈਂ ਡਿਲੀਵਰ ਕੀਤਾ। ਉਹਨਾਂ ਨੇ ਉੱਥੇ ਵੀ ਟਰੈਕ ਕੀਤਾ ਮੈਨੂੰ ਡਿਲੀਵਰ ਕਰਦੇ ਆ, ਬਟ ਉਹਨਾਂ ਨੇ ਫਿਰ ਮੇਰੇ ਪੈਸੇ ਕੱਟ ਲਏ, ਕਹਿੰਦਾ ਪਾ ਤੇਰਾ ਤੇਰੀ ਐਪ ਆਖਿਰ ਰਸਤੇ ਚੱਲਦੇ ਹੋਏ ਬੰਦ ਹੋ ਗਈ ਸੀ। ਨਾ ਮੈਨੂੰ ਉਹਨਾਂ ਨੇ ਕਾਲ ਕੀਤੀ ਕਿ ਹਾਂ ਤੇਰੀ ਐਪ ਆਪਾਂ ਟਰੈਕ ਨਹੀਂ ਕਰ ਰਹੇ ਰਸਤੇ 'ਚ, ਨਾ ਜਾਂ ਚੱਲ ਨਹੀਂ ਰਹੀ, ਨਾ ਮੈਨੂੰ ਕੋਈ ਉਹਨਾਂ ਦਾ ਰਿਸਪੋਂਸ ਇਹ ਵੀ ਇੱਦਾਂ ਦਾ ਆਇਆ। ਪਰ ਜਿਸ ਵੇਲੇ ਮੈਨੂੰ ਉਹਨਾਂ ਨੇ ਪੇਮੈਂਟ ਭੇਜੀ, ਮੇਰਾ $370 ਕੱਟੇ ਹੋਏ ਸੀ ਉਹਨਾਂ ਨੇ। ਜੀ ਰਮਨ ਜੀ, ਦੇਖੋ ਜੀ, ਅੱਜ ਕੱਲ ਹੁਣ ਸਿਚੁਏਸ਼ਨ ਇਹ ਬਣੀ ਪਈ ਆ ਕਿ ਇਤਨੀਆਂ ਜਿਹੜੀਆਂ ਕਾਲਸ ਆ ਨੋਰਮਲ ਹੈਗੀਆਂ, ਜਦੋਂ ਤੁਸੀਂ ਆਪਾਂ ਲੋਡ ਲੈਂਦੇ ਹੈਗੇ ਹਾਂ, ਕਿਸ ਤਰ੍ਹਾਂ ਲੋਡ ਲੈਂਦੇ ਹੈਗੇ ਹਾਂ, ਕਿਸ ਤਰ੍ਹਾਂ ਆਪਾਂ ਬ੍ਰੋਕਰ ਨਾਲ ਡੀਲ ਕਰਦੇ ਹੈਗੇ ਹਾਂ, ਕਿਸ ਤਰ੍ਹਾਂ ਬ੍ਰੋਕਰ ਨੂੰ ਚੈੱਕ ਕਰਦੇ ਹੈਗੇ ਹਾਂ, ਬੜੀਆਂ ਚੀਜ਼ਾਂ 'ਤੇ ਡਿਪੈਂਡ ਕਰਦਾ ਹੈਗਾ। ਬਹੁਤ ਜਿਹੜੇ ਬ੍ਰੋਕਰ ਦੇ ਜਿਹੜੇ ਅੱਗੇ ਆਫਿਸ ਦੇ ਵਿੱਚ ਕੰਮ ਕਰਦੇ ਆ, ਉਹ ਜਿਹੜੇ ਲੋਕੀ ਆ ਨਾ, ਉਹ ਇਹ ਚੀਜ਼ਾਂ ਜਿਹੜੀਆਂ ਆ ਇਹ ਕਰਦੇ ਆ, ਕਿਉਂਕਿ ਬ੍ਰੋਕਰ ਦੇ ਨਾਲ ਕਈ ਵਾਰੀ ਗੱਲ ਹੁੰਦੀ ਆ ਤੇ ਉਹ ਕਹਿੰਦੇ ਵੀ ਜਿਹੜੇ ਅੱਗੇ ਬੈਠਾ ਆ ਉਹ ਬੰਦਾ, ਹੁਣ ਉਹ ਸਿਚੁਏਸ਼ਨ ਦੀ ਵਜ੍ਹਾ ਦੀ ਇੱਕ ਇੱਕ ਸਾਨੂੰ ਸਿਨੈਰੀਓ ਦਿੰਦਾ ਹੈ ਕਿ ਜਦੋਂ ਬੰਦੇ ਨੂੰ ਕਾਲ ਜਾਂਦੀ ਆ ਕਿ ਤੁਸੀਂ ਲੋਡ ਚੱਕਣ ਦੀ ਆ, ਲੋਡ ਲੈਣਾ ਹੁੰਦਾ, ਆਪਾਂ ਲੋਡ ਲੈਂਦੇ ਹਾਂ ਤੇ ਆਪਾਂ ਜਦੋਂ ਰੇਟ ਨੈਗੋਸ਼ੀਏਟ ਕਰਦੇ ਆਪਾਂ ਨੂੰ $250-$300 ਅਗਲਾ ਕਹਿੰਦਾ ਵੀ ਓਕੇ ਠੀਕ ਆ ਮੈਂ ਦੇ ਦਿੰਦਾ, ਠੀਕ ਹੈ ਨਾ। ਉਹ ਹੁਣ ਕਈ ਵਾਰੀ ਉਹ ਚੀਜ਼ਾਂ ਨਹੀਂ ਹੁੰਦੀਆਂ, ਸੋ ਉਹਨੇ ਉਹ ਜਸਟੀਫਿਕੇਸ਼ਨ ਕਰਨੀ ਹੁੰਦੀ ਬਾਅਦ ਦੇ ਵਿੱਚ ਕਿ ਮੈਂ ਕਿੱਦਾਂ ਵੀ ਮੈਂ ਇਹਨੂੰ ਕਿੱਦਾਂ ਜਸਟੀਫਾਈ ਕਰਾਂ ਕਿ ਮੈਂ ਤਾਂ $300 ਵੱਧ ਦਿੱਤਾ ਹੈ। ਉਹ ਸਿਰਫ ਕੋਈ ਨਾ ਕੋਈ ਬਹਾਨਾ ਲਾ ਕੇ ਉਹ $300 ਉਹਨੇ ਕੱਟਣਾ ਹੁੰਦਾ ਕਿਤੇ ਨਾ ਕਿਤੇ। ਉਹ ਚੀਜ਼ਾਂ ਜਿਹੜੀਆਂ ਉਹ ਵਾਪਰ ਗਈਆਂ ਹੈਗੀਆਂ, ਇਹ ਪੈਟੀ ਥੈਫਟ ਹੈਗੀ ਆ, ਪੈਟੀ ਚੀਜ਼ਾਂ ਹੈਗੀਆਂ। ਇਹਦੇ ਵਿੱਚ ਇਹੋ ਹੀ ਆ ਕਿ ਤੁਸੀਂ ਜਿਹੜੇ ਆ ਕੰਸਿਸਟੈਂਟਲੀ, ਆਪਾਂ ਅੱਗੇ ਉਹ ਸਾਈਟ ਵੀ ਦੇ ਰਹੇ ਸੀਗੇ ਲੋਡ ਬ੍ਰੋਕਰ 411.com ਦੀ, ਕਿ ਉੱਥੇ ਜਾ ਕੇ ਤੁਸੀਂ ਕੰਪਲੇਂਟ ਵੀ ਕਰੋ, ਤੇ ਅਸੀਂ ਦੇਖਿਆ ਕਿ ਕੰਪਲੇਂਟ ਦੇ ਵਾਰੀ ਅਸੀਂ ਕੁਛ ਨਹੀਂ ਕਰਦੇ ਹੈਗੇ, ਅਸੀਂ ਇਹ ਸੋਚਦੇ ਹਾਂ ਕਿ ਸਿਰਫ ਇੱਕ ਗੱਲ ਕਰਨੀ ਜਿਹੜੀ ਆ ਉਹ ਹੀ ਉੱਥੇ ਹੀ ਸਾਰਾ ਕੁਛ ਹੋਏ, ਕੰਪਲੇਂਟ ਕਰੋ, ਕਿਉਂਕਿ ਜਿਹੜੀਆਂ ਚੀਜ਼ਾਂ ਤੇ ਬ੍ਰੋਕਰ ਤੁਹਾਡੇ ਨਾਲ ਜੋ ਕੁਛ ਕਰਦੇ ਆ, ਤੁਸੀਂ ਬ੍ਰੋਕਰ ਦੇ ਨਾਲ ਕਿਉਂ ਨਹੀਂ ਉਹ ਚੀਜ਼ਾਂ ਦੇ ਉੱਤੇ ਰਿਐਕਟ ਕਰਦੇ, ਕਿਉਂ ਨਹੀਂ ਉਹ ਕੰਮ ਕਰਦੇ। ਸੋ ਇਹ ਚੀਜ਼ ਦਾ ਮੈਨੂੰ ਬੜਾ ਅਫਸੋਸ ਹੁੰਦਾ ਕਿ ਕਈ ਵਾਰੀ ਪਲੇਟਫਾਰਮ ਵੀ ਸਾਰਾ ਕੁਛ ਅਵੇਲੇਬਲ ਹੁੰਦਾ, ਸਭ ਕੁਛ ਅਵੇਲੇਬਲ ਹੁੰਦਾ, ਫਿਰ ਵੀ ਕੰਪਲੇਂਟ ਨਹੀਂ ਹੋ ਰਹੀਆਂ, ਫਿਰ ਵੀ ਤੁਸੀਂ ਉਹ ਚੀਜ਼ਾਂ ਨਹੀਂ ਕਰ ਰਹੇ ਹੈਗੇ, ਤੇ ਇਟ ਮੀਨਸ ਕਿ ਅਸੀਂ ਸਿਰਫ ਅਸੀਂ ਵਲਨਰੇਬਲ ਹੈਗੇ ਹਾਂ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਕੁਛ ਨਹੀਂ ਕਰਨਾ ਹੈਗਾ। ਤੇ ਇਸ ਕਰਕੇ ਜਿਹੜਾ ਅਟੈਕ ਹੈਗਾ ਉਹ ਸਾਰਾ ਹੁੰਦਾ ਆ, ਇਹੋ ਜਿਹੇ ਕੰਮ ਹੁੰਦੇ ਆ, ਔਰ ਜਿਹੜੇ ਸਿੰਗਲ ਓਨਰ ਪਿੱਟੇ ਆ ਉਹਨਾਂ ਦੀ ਇਹ ਬਹੁਤ ਵੱਡੀ ਪ੍ਰੋਬਲਮ ਹੈ। ਹਾਂਜੀ, ਮੈਂ ਰੈਡੀ ਆ ਕੰਪਲੇਂਟਸ ਪਾਉਣ ਵਾਸਤੇ, ਮੈਂ ਰੈਡੀ ਆ ਆਪਣਾ ਜਿੱਥੇ ਵੀ ਮੈਨੂੰ ਤੁਸੀਂ ਕਹੋਗੇ ਮੈਂ ਕੰਪਲੇਂਟਸ ਉਹਨਾਂ ਦੇ ਪਾ ਦਵਾਂਗਾ। ਰਮਨ ਜੀ ਵੈਬਸਾਈਟ ਦੱਸ ਦਿਓ ਫਿਰ ਪਾ ਦਿੰਦੇ ਉੱਥੇ, ਕਿਹੜੀ ਵੈਬਸਾਈਟ ਆ? ਹਾਂਜੀ, loadbroker411.com। ਇੱਕ ਮਿੰਟ ਭਾਜੀ, ਇੱਕ ਸੈਕਿੰਡ, ਮੈਂ ਲਿਖ ਲਵਾਂ। loadbroker411@.com ਠੀਕ ਹੈ ਜੀ, ਓਕੇ, ਥੈਂਕ ਯੂ ਭਾਜੀ, ਥੈਂਕ ਯੂ ਬਹੁਤ ਬਹੁਤ ਜੀ, ਸ਼ੁਕਰੀਆ ਜੀ, ਥੈਂਕ ਯੂ।